गलबात करने लई ठीक मतलब समर्थन देवांगे, लेकिन अगर सरकार ने साडा कोई ना हल किया तो इस लई अगे असी पूरे डटमें संघर्ष दे लई असी मैदान दे विच गल करिए तुहाडे मुजगिल ते ते अमृतपाल ने मरण वर्तन स्टार्ट किया सी, लेकिन उन्होंने कहा सी कि असी 5 तारीख तक जारी करदे आ जद तक सरकार, लेकिन विचों दी जब डेट मिलन ते उन्होंने मरण वर्तन समाप्त कर दिया। ਤੁਹਾਨੂੰ ਕੀ ਲੱਗਦਾ ਸਰਕਾਰ ਦੇ ਪ੍ਰੈਸ਼ਰ ਵਿੱਚ ਉਹਨਾਂ ਨੇ ਮਰਨ ਵਰਤਨ ਆਪਣਾ? ਸਰ ਪਹਿਲੀ ਗੱਲ ਤਾਂ ਇਹ ਹੈ ਕਿ ਮਤਲਬ ਇਹ ਉਹਨਾਂ ਨੂੰ ਹੀ ਜ਼ਿਆਦਾ ਪੁੱਛਿਆ ਜਾਵੇ, ਕਿਉਂਕਿ ਉਹਨਾਂ ਦੇ ਮਤਲਬ ਬੈਠੇ ਹੋਏ ਸੀ ਸਭ, ਉਹਨਾਂ ਦੇ ਪੁੱਛ ਕੇ ਬੈਠੇ ਸੀ ਸਾਥੀ, ਉਹਨਾਂ ਨੂੰ ਕੁਐਸਚਨ ਜਵਾਬ ਜ਼ਿਆਦਾ ਅੱਛਾ ਪਤਾ ਹੋਏਗਾ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਉਹਨਾਂ ਦਾ ਇਹ ਚੀਜ਼ ਖਤਮ ਕਰਨ ਨਾਲ ਇਹ ਨਹੀਂ ਹੋਇਆ ਕਿ ਸਰਕਾਰ ਤੇ ਪ੍ਰੈਸ਼ਰ ਘੱਟ ਗਿਆ, ਕਿਉਂਕਿ ਜਿਹੜੇ ਮੈਂ ਮਤਲਬ ਬੈਠੇ ਨੇ ਸਰਕਾਰ ਤੇ ਪ੍ਰੈਸ਼ਰ ਉਨਾ ਹੀ ਬਣ ਰਿਹਾ ਗਾ, ਸਰਕਾਰ ਉਨੇ ਹੀ ਦਬਾਅ ਹੇਠ ਹੈ, ਔਰ ਸਰਕਾਰ ਤੇ ਅਸੀਂ ਇਸ ਤੋਂ ਵੀ ਜ਼ਿਆਦਾ ਦਬਦਬਾ ਬਣਾਵਾਂਗੇ ਔਰ ਆਪਣੀਆਂ ਮੰਗਾਂ ਨੂੰ ਲੈ ਕੇ ਹੀ। ਕਿਤੇ ਗੱਲ ਕਰੀਏ, ਸਿੱਖਿਆ ਮੰਤਰੀ ਨੇ ਸਾਫ਼ ਕਿਹਾ ਸੀ ਕਿ ਮੈਂ ਨਹੀਂ ਜਾਵਾਂਗਾ, ਲੇਕਿਨ ਕਿਤੇ ਕਿਤੇ ਮਰਨ ਵਰਤਨ ਨੂੰ ਤੇ ਤੁਹਾਡੇ ਪ੍ਰੋਟੈਕਟ ਨੂੰ ਲੈ ਕੇ ਸਾਥੀਆਂ ਨੂੰ ਲੈ ਕੇ ਸਰਕਾਰ ਝੁਕੀ ਹੋਈ ਸੀ, ਲੇਕਿਨ ਹੁਣ ਸਰਕਾਰ ਫਿਰ ਇਗਨੋਰ ਤੇ ਆ ਗਈ। ਤੁਹਾਨੂੰ 5 ਤਰੀਕ ਤੱਕ ਕੀ ਤੁਹਾਨੂੰ ਲੱਗਦਾ ਹੈ ਜਾਰੀ ਰਹੇਗਾ ਤੁਹਾਡਾ ਕੀ? ਹਾਂਜੀ ਸਰ, ਸਾਡਾ ਜਾਰੀ ਰਹੇਗਾ। ਇਹ ਚੀਜ਼ ਹੈ ਕਿ ਜਿਸ ਤਰ੍ਹਾਂ ਮਨ ਵਰਤ ਕਰਕੇ ਸਰਕਾਰ ਪ੍ਰੈਸ਼ਰ ਸੀ, ਪਰ ਇਹਦਾ ਮਤਲਬ ਇਹ ਨਹੀਂ ਮੰਨਿਆ ਜਾਂਦਾ ਕਿ ਬਾਕੀ ਸਾਡੀ ਲੜੀਵਾਰ ਭੁੱਖ ਤੋਂ ਪ੍ਰੈਸ਼ਰ ਨਹੀਂ ਪਊਗਾ। ਸਾਡੇ ਲਗਾਤਾਰ ਸਟਰਗਲ ਹੈਗੀ ਆ, ਉਸ ਤੋਂ ਬਾਅਦ ਹੁਣ ਅਸੀਂ ਚੱਕਾ ਜਾਮ ਵੀ ਕਰਨਾ ਤੇ ਜੇਲ੍ਹ ਭਰੋ ਅੰਦੋਲਨ ਵੀ ਕਰਨਾ। ਸਰਕਾਰ ਨੂੰ ਯਾਦ ਰਹੇ ਕਿ ਜਦੋਂ 8 ਜੂਨ 2012 ਦੇ ਵਿੱਚ ਪ੍ਰੋਟੈਕਟ ਹੋਇਆ ਸੀ, ਉਦੋਂ ਵੀ ਅਸੀਂ ਦਬਦਬਾ ਸਰਕਾਰ ਤੇ ਬਣਾਇਆ ਸੀ ਔਰ ਉਦੋਂ ਅਸੀਂ ਆਪਣੀ ਮੰਗਾਂ ਲੈ ਕੇ ਹਟੇ ਸੀ, ਔਰ ਇਸੇ ਅਨੁਸਾਰ ਵੀ ਅਸੀਂ ਹੁਣ ਆਪਣੇ ਮੰਗਾਂ ਲੈ ਕੇ ਹਟਾਂਗੇ। ਇਹ ਤੇ ਕੋਈ ਐਸਾ ਨਹੀਂ ਕਿ ਕੋਈ ਮਤਲਬ ਉਹਨਾਂ ਦੇ ਮਨ ਵਰਤ ਨਾਲ ਸਾਡਾ ਸਰਕਾਰ ਤੇ ਦਬਦਬਾ ਕੰਮ ਹੋ ਗਿਆ। ਕੀ ਹੁਣ ਤੁਹਾਨੂੰ ਲੱਗਦਾ ਅੰਮ੍ਰਿਤਪਾਲ ਤੇ ਮੁਕਦਿਲ ਤੁਹਾਡੇ ਸਾਥ ਦੇਣਗੇ? ਹਾਂਜੀ ਹਾਂ, ਸਾਥ ਦੇਣਗੇ, ਸਾਂਝੇ ਮਤਲਬ ਬੈਨਰ ਦੇ ਹੇਠ ਉਹ ਸਾਥ ਦੇਣਗੇ। ਉਹਨਾਂ ਦਾ ਸਿਰਫ ਸਾਥੀਆਂ ਦੀ ਉਹਨਾਂ ਦੀ ਸਿਹਤ ਸੰਬੰਧੀ ਹੋਣ ਕਰਕੇ ਉਹਨਾਂ ਨੇ ਫੈਸਲਾ ਸ਼ਾਇਦ ਵਾਪਸ ਲਿਆ ਹੋਣਾ, ਤੇ ਪਰ ਉਹਨਾਂ ਦਾ ਸਾਥ ਸਾਨੂੰ ਐਜ਼ ਇਟ ਇਜ਼ ਚੱਲ। ਕੀ ਰਣਨੀਤੀ ਰਹੇਗੀ 5 ਤਰੀਕ ਅਗਰ ਤੁਹਾਡਾ ਫੈਸਲਾ ਨਾ ਹੋਇਆ ਤੁਹਾਡੇ ਆਗੂ?
की रणनीति रहेगी अगे? हाँ जी, सांझे अध्यापक मोर्चा जो भी फैसला करूगा उस अनुसार असी मतलब तैयार है। जी ग्यारह बंदे जी सांझा अध्यापक मोर्चे के बैनर हेठ जिहड़ा साडी लड़ीवार भुखड़ताल है जिहड़ी अज तो शुरू होगी ते उदों तक जारी रहेगी जदों तक सांझा अध्यापक मोर्चा का कोई फैसला नहीं आ जाता जां सरकार नाल जिहड़ी गलबात चल रही है हकी मंगां जिहड़ियां साडियां पूरियां नहीं हो जांदियां। देखो उन्हां दो जथेबंदियां दा आपदा निजी फैसला सीगा, उन्हां ते कादा दबाया है, उह उन्हां दी निजी राय है, उठ गए तो ये सवाल जो उन्होंने तो कर लिए तो ज़्यादा चंगी गल है। हाँ, 26 जथेबंदियों के शामिल है, अगला स्टैप है साडा संघर्ष निरंतर जारी है। जिहड़े जिले की ड्यूटी लगी उस तरह अध्यापक आउणगे ते ग्राउंड लैवल से जाके असी जे सरकार साडी मंगा नहीं मानती तो 5 तरीक नूं जेल प्रबंध अंदोलन ते नाल दे नाल पक्का चक्का जाम है जिहड़ा ओह कीता जाऊगा जिले सांझा अध्यापक मोर्चा के बैनर हेठ जिहड़ा पक्का मोर्चा है उरे चल रहा है। उन्होंने जथेबंदियों वालों जिहड़ी आप ने मरण वरत उन्होंने बंदे बिठाए सीगे इत्थे ते उन्होंने आपने ही चक्या, तां ही तां मैं इह कह रहा भी जे सवाल दीदार सिंह मुदकी नाल कीता जाए तां चंगी गल होगी। ਕੀ ਨਾਮ ਹੈ ਤੁਹਾਡਾ ਤੇ ਕਿਸ ਗੱਲ ਨੂੰ ਲੈ ਕੇ ਭੁੱਖ ਹੜਤਾਲ ਤੇ ਬੈਠੇ ਹੋ, ਕਿਹੜੀਆਂ ਮੰਗਾਂ ਨੂੰ ਲੈ ਕੇ? ਹਰਦੀਪ ਟੋਡਰਪੁਰ ਸੂਬਾ ਪ੍ਰਧਾਨ SSC ਅੰਮ੍ਰਿਤਸਰ ਦੇ। ਸਾਡਾ ਸਾਂਝੇ ਦੇ ਆਪ ਮੋਰਚੇ ਦੀ ਅਗਵਾਈ ਦੇ ਵਿੱਚ ਪਿਛਲੇ 20 ਦਿਨਾਂ ਤੋਂ ਇੱਥੇ ਪੱਕਾ ਧਰਨਾ ਲੱਗਿਆ ਹੋਇਆ ਪਟਿਆਲੇ ਦੇ ਵਿੱਚ। ਇਸ ਸਮੇਂ ਦੌਰਾਨ ਅਸੀਂ 3 ਵੱਡੀਆਂ ਰੈਲੀਆਂ ਵੀ ਕੀਤੀਆਂ ਨੇ, ਉਸ ਤੋਂ ਬਾਅਦ ਸਰਕਾਰ ਨਾਲ ਗੱਲਬਾਤ ਦਾ ਰਸਤਾ ਖੁੱਲਿਆ ਹੈ, ਅਸੀਂ ਗੱਲਬਾਤ ਦਾ ਸੱਦਾ ਪ੍ਰਵਾਨ ਕੀਤਾ। ਪਰ ਜਿੰਨਾ ਸਮਾਂ ਸਾਡੀਆਂ ਮੰਗਾਂ ਦੀ ਪੂਰਤੀ ਨਹੀਂ ਹੁੰਦੀ, ਭਾਵੇਂ ਕਿ ਸਾਨੂੰ ਮੁੱਖ ਮੰਤਰੀ ਜੀ ਦੀ ਮੀਟਿੰਗ 5 ਤਰੀਕ ਦੀ ਮਿਲੀ ਹੋਈ, ਪਰ 5 ਤਰੀਕ ਤੱਕ ਅਸੀਂ ਇੱਥੇ ਹੀ ਡਟੇ ਰਹਾਂਗੇ। ਜੇ 5 ਤਰੀਕ ਨੂੰ ਕੋਈ ਸਾਡਾ ਪ੍ਰੋਪਰ ਹੱਲ ਨਹੀਂ ਨਿਕਲਦਾ ਹੈਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਏਗਾ। ਗੱਲ ਕਰੀਏ ਤੁਸੀਂ ਮਰਨ ਵਰਤਨ ਤੇ ਬੈਠੇ ਹੋ, ਤੁਹਾਡੇ ਦੋ ਸਾਥੀ ਬੈਠੇ, ਦੋ ਅਧਿਆਪਕ ਮੁਕਦਿਲ ਤੇ ਹੋ, ਕੀ ਲੱਗਦਾ ਪ੍ਰੈਸਰਾਈਜ਼ ਤੇ ਉਹਨਾਂ ਨੇ ਧਰਨਾ? ਦੇਖੋ ਜੀ, ਸਾਡੇ ਸਾਂਝੇ ਦੇ ਆਪਕ ਮੋਰਚੇ ਦੀ ਅਗਵਾਈ ਦੇ ਵਿੱਚ ਪੱਕਾ ਧਰਨਾ ਸੀ, ਉਸ ਦੇ ਵਿੱਚ ਦੋ ਜਥੇਬੰਦੀਆਂ ਨੇ ਇੱਥੇ ਮਰਨ ਵਰਤ ਸ਼ੁਰੂ ਕੀਤਾ ਸੀ। ਉਹਨਾਂ ਦੋ ਜਥੇਬੰਦੀਆਂ ਨੇ ਆਪਣੀ ਸਟੇਟ ਕਮੇਟੀ ਦੀ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਮਰਨ ਵਰਤ ਨੂੰ ਉਹ ਵਾਪਸ ਲੈ ਰਹੇ ਨੇ। ਪਰ ਸਾਂਝੇ ਦੇ ਆਪਕ ਮੋਰਚੇ ਦਾ ਜਿਹੜਾ ਇਹ ਪਲੇਟਫਾਰਮ ਆ, ਇਸ ਦੇ ਉੱਤੇ ਲੜਾਈ ਲਗਾਤਾਰ ਜਾਰੀ ਰਹਿਣੀ ਹੈ। ਅਸੀਂ ਡਟੇ ਹੋਏ ਹਾਂ, ਉਸ ਦੇ ਹੀ ਨਵੇਂ ਪੜਾਅ ਵਜੋਂ ਅੱਜ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਹੈ, ਜਿਸ ਦੇ ਵਿੱਚ ਪਹਿਲੇ ਦਿਨ ਅੱਜ ਸਾਡੇ 11 ਸਾਥੀ ਇੱਥੇ ਬੈਠੇ ਨੇ, ਅਗਲੇ 24 ਘੰਟੇ ਤੱਕ ਇਹ ਬੈਠਣਗੇ, ਇਸ ਤੋਂ ਬਾਅਦ ਅਗਲਾ ਜੱਥਾ ਆਉਣਾ, ਫਿਰ ਅਗਲੇ 24 ਘੰਟੇ ਬਾਅਦ ਰਿਪਲੇਸ। ਕਿਤੇ ਹਰਦੀਪ ਭਾਈ ਤੁਹਾਨੂੰ ਨਹੀਂ ਲੱਗਦਾ ਕਿਤੇ ਕਿਤੇ ਸਰਕਾਰ ਝੁਕੀ ਸੀ ਮਰਨ ਵਰਤਨ ਨੂੰ ਲੈ ਕੇ ਪ੍ਰੈਸਰਾਈਜ਼ ਸੀ ਕਿ ਹਾਂ ਇਹਨਾਂ ਦੀ ਮੰਗਾਂ ਪੂਰੀਆਂ ਤੇ ਹੁਣ ਦੋ ਫਾੜ ਹੋਣ ਕਾਰਨ ਕਿਤੇ ਮਰਨ ਵਰਤਨ? ਬਿਲਕੁਲ, ਦੋ ਫਾੜ ਨਹੀਂ ਹੋਏ ਜੀ, ਪੂਰੇ ਦਾ ਪੂਰਾ ਸਾਂਝਾ ਦੇ ਆਪਕ ਮੋਰਚਾ ਇੱਕ ਮੁੱਠਾ ਹੈਗਾ, ਪੂਰੇ ਦੇ ਪੂਰੇ ਸਾਂਝੇ ਦੇ ਆਪਕ ਮੋਰਚੇ ਦਾ ਇਹ ਅੰਦੋਲਨ ਜਾਰੀ ਹੈਗਾ। ਜੇ ਸਰਕਾਰ ਨੇ ਵਹਿਮ ਪਾਲਿਆ ਕਿ ਮਰਨ ਵਰਤ ਕਰਕੇ ਸਰਕਾਰ ਅਧਿਆਪਕਾਂ ਦੇ ਅੰਦੋਲਨ ਨੂੰ ਕਮਜ਼ੋਰ ਕਰ ਲੂਗੀ, ਇਸ ਤਰ੍ਹਾਂ ਦੀ ਗੱਲ ਹੈ ਨਹੀਂ। ਮਰਨ ਵਰਤ ਤੋਂ ਬਿਨਾਂ ਵੀ ਐਜੀਟੇਸ਼ਨ ਦੇ ਬਹੁਤ ਸਾਰੇ ਰੂਪ ਹੁੰਦੇ ਨੇ, ਉਹਨਾਂ ਰੂਪਾਂ ਦੇ ਤਹਿਤ ਅੱਜ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਚੱਕਾ ਜਾਮ ਤੇ ਜੇਲ੍ਹ ਭਰੋ ਅੰਦੋਲਨ ਹੋਣਾ ਹੈਗਾ ਤੇ ਸਰਕਾਰ ਇਹ ਵਹਿਮ ਕੱਢਦੇ ਕਿ ਮਰਨ ਵਰਤ ਸਮਾਪਤ ਹੋਣ ਨਾਲ ਅੰਦੋਲਨ ਸਮਾਪਤ ਹੋ। ਹੁਣ ਜਿਹੜੀ ਭੁੱਖ ਹੜਤਾਲ ਹੈ 5 ਤਰੀਕ ਤੱਕ ਜਾਰੀ ਰਹੇਗੀ ਜਦ ਤੱਕ ਸਰਕਾਰ ਤੁਹਾਡੀਆਂ ਮੰਗਾਂ ਨਾ ਪੂਰੀਆਂ ਕਰੇ? ਬਿਲਕੁਲ ਜੀ, ਜਿੰਨਾ ਸਮਾਂ ਸਾਡੀਆਂ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਭੁੱਖ ਹੜਤਾਲ ਜਾਰੀ ਰਹਿਣੀ ਹੈ। ਬਾਕੀ 5 ਤਰੀਕ ਤੱਕ ਅਸੀਂ ਇਹਨੂੰ ਕੰਟੀਨਿਊ ਕਰਾਂਗੇ, ਅਗਲਾ ਫੈਸਲਾ ਸਾਂਝੇ ਦੇ ਆਪਕ ਮੋਰਚੇ ਦੀ ਮੀਟਿੰਗ 'ਚ ਲਵਾਂਗੇ ਕਿ ਭੁੱਖ ਹੜਤਾਲ ਤੋਂ ਅੱਗੇ ਕਿਹੜਾ ਸਟੈਪ ਚੁੱਕਣਾ ਹੈ। ਅਗਰ ਸਰਕਾਰ ਨਾ ਮੰਗ ਕਰੇ ਤੁਹਾਡੀ 5 ਤਰੀਕ, ਉਸ ਤੋਂ ਬਾਅਦ ਕੀ ਰਣਨੀਤੀ ਰਹੇਗੀ ਤੁਹਾਡੀ? ਉਸ ਤੋਂ ਬਾਅਦ ਅਸੀਂ ਵੈਸੇ ਤਾਂ ਆਲਰੇਡੀ ਤੈਅ ਕਰ ਚੁੱਕੇ ਹਾਂ ਕਿ ਅਸੀਂ ਚੱਕਾ ਜਾਮ ਲਾਉਣਾ ਪੂਰੇ ਪੰਜਾਬ ਦੇ ਵਿੱਚ 2 ਘੰਟੇ ਲਈ ਤੇ ਇਸੇ ਤਰ੍ਹਾਂ ਜੇਲ੍ਹ ਭਰੋ ਅੰਦੋਲਨ ਚਲਾਉਣਾ ਹੈਗਾ। ਪਰ ਇਹ ਕਿਸ ਦਿਨ ਕਰਨਾ, ਕਿਸ ਤਰੀਕ ਨੂੰ ਕਰਨਾ ਹੈਗਾ, ਇਸ ਦਾ ਫੈਸਲਾ ਸਾਂਝੇ ਦੇ ਆਪਕ ਮੋਰਚੇ ਦੀ 28 ਤਰੀਕ ਨੂੰ ਸੂਬਾ ਪੱਧਰੀ ਮੀਟਿੰਗ ਕੀਤੀ ਜਾ ਰਹੀ ਹੈ, ਉਸ ਮੀਟਿੰਗ ਦੇ ਵਿੱਚ ਕਰਕੇ ਐਲਾਨ ਕਰ ਦਿੱਤਾ ਜਾਊਗਾ।